अंदर दी जनानी पई हुई है, इत्थे आप वे सुत्ता पिया वे, उठ जा साइन कर दे। ओ चाचा जी सिर ते सट लगी चाची दे, ए चीज नु सीरियस ले लो, जान बच जूगी चाची दी। एदां दे ना एवें नहीं सहन करनी, चल आ तैनूं मैं सहन करवा के दिंनी आ। ਕਿਨਾਂ ਦੀ ਲੱਤਾਂ ਦੀ ਸਕੈਨ ਜ਼ਰੂਰ ਕਰਵਾਓ। ਭਾਬੀ ਜ਼ਿਆਦਾ ਪ੍ਰੋਬਲਮ ਵਾਲੀ ਗੱਲ ਤਾਂ ਨਹੀਂ ਹੈਗੀ। ਪਰ ਪੇੜ ਲੱਗਾ ਪੈਹਿਆਂ ਦਾ। ਮੈਂ ਕੰਨਾਂ ਦੀ ਵਾਲੀਆਂ ਵੀ ਲਾ ਦੂੰਗੀ, ਮੇਰੀ ਮਾਂ ਨੂੰ ਸਹੀ ਸਲਾਮਤ ਲੈ ਆਈਓ, ਜਾ ਵੀਰੇ ਮੇਰੇ ਬਣ ਕੇ। ਤੂੰ ਸੋਚ ਵੀ ਨਹੀਂ ਸਕਦਾ ਇਸ ਕੁੜੀ ਨਾਲ ਹੋਇਆ ਕੀ ਆ। ਤੁਹਾਡੇ ਇਮੋਸ਼ਨਸ ਦਾ ਤਾਂ ਮੈਨੂੰ ਪਤਾ ਨਹੀਂ, ਤੂੰ ਆਪਣੇ ਡਰਾਮੇ ਬੰਦ ਕਰ ਓਏ। ਸਿਸਟਰ ਇਹਨਾਂ ਨੂੰ ਦੂਸਰੇ ਵਾਰਡ 'ਚ ਸ਼ਿਫਟ ਕਰ ਦਿਓ। चलो बाहर पेशेंट नु दूसरे वार्ड शिफ्ट करना, उथे मिल लियो। भाभी आ कुनाल एडा गुस्से च क्यों गया है? सब तेरी करतूतां नी ना, मैं की करता हुण? आहो जड़ी आ कुड़ी अंदर पई है, शौंकिया तौर ते पई है ना। भाभी मैं ना ओदा नहीं पुछया, मैं कुनाल दा पुछया कि कुनाल गुस्से होके क्यों गया। पेशेंट के कपड़े दे दो, उन्होंने दूसरे वार्ड से शिफ्ट करना है। उन्होंने होश आ गया जी? होश तो आ गया, पर तुसी उन्होंने हुण नहीं मिल सकते, सवेरे ही मिल सकते हो। भाभी एक 200 रुपया दियो, मैं बाहर काम जाके आना। पता मैनू तेनू बाहर की काम है, अंदर तेरी जनानी पई हुई है, हले भी तेनू मौत पींदी पई है। लै फट आना, तेरी धी ने भेजे, इन्हें जाके पीया। अपनी जनानी का नहीं हो सकिया, अपने बच्चे का नहीं हो सकिया, एक नशा ही है जो उन्हें नजर आता है। जा जाके कर ले नशा। राधिका जी किद्दां फील कर रहे हो जी? ठीक है, पर मेरा ना सिर बहुत दर्द होता है। थोड़ा इंजेक्शन लगा देने, ओदे नाल रेस्ट करूंगे ना, बेटर फील करूंगे। फिर थानू कुछ याद है उस रात की होया सी थोड़े नाल? बस मैं ना स्कूटरी ते जा रही सी, एकदम तेज लाइट पई मेरी अखा च, उस तो बाद मैनू नहीं पता मेरे नाल की होया। कित्थे जा रहे सी तुसी इन्नी रात नू? बस पिछले 10-12 साल तो जिंदगी दे विच धक्के लिखे होए ने, बस ओही खा रही आ। थोड़े किन्ने बच्चे ने? सोरे वाले थानू तंग करदे ने? बस जी मेरे घर वाले दी नित दी शराब ने मेरी ते मेरी कुड़ी दी जिंदगी खराब कर दित्ती। थोड़े हस्बैंड ब्याह तो पहला दी पिंदे से? ए सब मैनू मेरे ब्याह तो तीजे दिन बाद ही पता लग गया, जो कि मैं अपनी अखी देखिया ते कन्नी सुनिया। मेरी मम्मी नूं ही पता होगा,
ਮੈਨੂੰ ਨਹੀਂ ਪਤਾ ਤਾਂ ਇਹਨੂੰ ਕੀ ਕਹਿ ਕੇ ਰਿਸ਼ਤਾ ਕਰਾਇਆ, ਪਰ ਮੈਂ ਤਾਂ ਨੇਤੀ ਪੀਨਾ, ਇਹ ਗੱਲ ਦੇਖ ਲੈ। ਪਰ ਵਿਆਹ ਤੋਂ ਪਹਿਲਾਂ ਤੁਸੀਂ ਜੋ ਵੀ ਕੀਤਾ ਮੈਨੂੰ ਉਹਦੇ ਤੋਂ ਕੋਈ ਦਿੱਕਤ ਨਹੀਂ ਹੈਗੀ, ਪਰ ਹੁਣ ਤਾਂ ਇਹ ਛੱਡ ਦੋ ਨਾ, ਮੈਨੂੰ ਬਿਲਕੁਲ ਪਸੰਦ ਨਹੀਂ ਹੈਗੀ ਸ਼ਰਾਬ। ਦੇਖ ਮੈਨੂੰ ਬਾਲੀਆਂ ਮੱਤਾਂ ਨਾ ਦੇ, ਨਾਲੇ ਮੈਨੂੰ ਨਾ ਦੱਸ ਕੀ ਚੰਗਾ ਤੇ ਕੀ ਮਾੜਾ, ਕਿਉਂਕਿ ਆਹ ਚੀਜ਼ ਪੀਣ ਨੂੰ ਜਦੋਂ ਮੇਰੀ ਮਾਂ ਨਹੀਂ ਮੈਨੂੰ ਰੋਕਦੀ ਤੇ ਤੂੰ ਕੌਣ ਹੁੰਦੀ ਹੈ ਨੀ। ਅੰਗੂਠਾ ਜਾਣਾ ਬਣਾ ਮੇਰੇ ਅੱਗੇ, ਲਿਆ ਚਾਵਲ ਫੜਾ, ਜੋ ਮੰਗਾਇਆ ਉਹ ਦੇ ਸਮਾਨ ਫੜਾ। ਬੜੀ ਮੁਸ਼ਕਲ ਮੁੰਡੇ ਸਾਡੇ ਦਾ ਵਿਆਹ ਹੋਇਆ, ਕੋਈ ਕੁੜੀ ਦੇ ਕੇ ਰਾਜ਼ੀ ਨਹੀਂ ਸੀਗਾ। ਹਾਂ ਰਾਧਿਕਾ ਪੁੱਤ ਕੀ ਗੱਲ ਹੋਈ ਹੈ? ਮੰਮੀ ਗੱਲ ਤਾਂ ਬਹੁਤ ਵੱਡੀ ਹੋ ਗਈ ਹੈ, ਵਿਆਹ ਨੂੰ ਤਾਂ ਅੱਜ ਤੀਜਾ ਦਿਨ ਹੈ ਤੇ ਉੱਪਰ ਦੇਖੋ ਉਹ ਤਾਂ ਦਾਰੂ ਪੀਂਦੇ ਪਏ ਨੇ। ਫੇਰ ਕੀ ਹੋ ਗਿਆ ਦਾਰੂ ਪੀ ਰਿਹਾ, ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ, ਘਰ ਬਹਿ ਕੇ ਪੀ ਰਿਹਾ। ਮੰਮੀ ਜਦੋਂ ਰਿਸ਼ਤਾ ਲਿਆ ਸੀਗਾ ਉਦੋਂ ਤਾਂ ਇਹੀ ਕਿਹਾ ਸੀਗਾ ਨਾ ਵੀ ਅਸੀਂ ਅੰਡਾ ਮੀਟ ਕੁਛ ਵੀ ਨਹੀਂ ਖਾਂਦੇ, ਫਿਰ ਆਹ ਕੀ ਹੈ? ਉਹ ਤੇ ਨਾ ਸਾਡੇ ਮੁੰਡੇ ਦਾ ਵਿਆਹ ਨਹੀਂ ਸੀ ਹੁੰਦਾ ਪਿਆ ਤੇ ਮਾੜਾ ਮੋਟਾ ਝੂਠ ਬੋਲਣਾ ਹੀ ਪੈਂਦਾ। ਮੰਮੀ ਮਾੜਾ ਮੋਟਾ? ਐਡਾ ਵੱਡਾ ਝੂਠ ਹੈ ਤਾਂ ਵੀ ਮੇਰਾ ਘਰ ਵਾਲਾ ਸ਼ਰਾਬੀ ਹੈ। ਦੇਖ ਇੰਨੀ ਟੈਨਸ਼ਨ ਨਾ ਲੈ, ਨਵਾਂ ਨਵਾਂ ਵਿਆਹ ਹੋਇਆ ਤੇ ਖੁਸ਼ੀ ਚ ਪੀ ਰਿਹਾ। ਪਰ ਮੰਮੀ ਇੱਕ ਝੂਠ ਨੂੰ ਲਗਾਉਣ ਵਾਸਤੇ ਤੁਸੀਂ ਕਿੰਨੇ ਝੂਠ ਬੋਲੋਗੇ? ਉਹ ਤਾਂ ਉੱਪਰ ਕਹਿੰਦੇ ਮੈਂ ਹੁਣ ਨੀ, ਮੈਂ ਤਾਂ ਵਿਆਹ ਤੋਂ ਪਹਿਲਾਂ ਦਾ ਹੀ ਪੀਂਦਾ ਵਾਂ। ਹਾਂ ਪੀਂਦਾ ਹੈ, ਹੁਣ ਵੀ ਪੀਂਦਾ ਹੈ ਤੇ ਵਿਆਹ ਤੋਂ ਪਹਿਲਾਂ ਵੀ ਪੀਂਦਾ ਸੀ। ਜਾਂ ਜੋ ਕਰਨਾ ਕਰ ਲੈ, ਚੱਕ ਸਮਾਨ ਤੇ ਆਪਣਾ ਜਾ ਪੇਕੇ, ਸਾਡੀ ਨੀ ਤੇਰੇ ਮਾਂ ਪਿਓ ਦੀ ਬੇਇੱਜ਼ਤੀ ਹੋਣੀ ਹੈ, ਨਵੀਂ ਵਿਆਹੀ ਧੀ ਵੱਸੀ ਨੀ। ਇਹ ਸਭ ਸੁਣ ਕੇ ਤਾਂ ਦੇਖ ਕੇ ਮੈਂ ਅੰਦਰੋਂ ਹੀ ਟੁੱਟ ਗਈ ਤੇ ਸੋਚਿਆ ਆਪਣੀ ਮਾਂ ਨੂੰ ਫੋਨ ਕਰਾਂ, ਪਰ ਫਿਰ ਇਹ ਸੋਚ ਕੇ ਚੁੱਪ ਕਰ ਗਈ ਕਿ ਮੇਰੇ ਵਿਆਹ ਨੂੰ ਤਾਂ 3 ਦਿਨ ਹੋਏ ਨੇ ਤੇ ਉਹਨਾਂ ਨੇ ਬਹੁਤ ਕਰਜ਼ਾ ਚੁੱਕ ਕੇ ਮੇਰਾ ਵਿਆਹ ਕੀਤਾ ਤੇ ਮੈਂ ਸਾਰਾ ਕੁਛ ਰੱਬ ਦੇ ਹੀ ਛੱਡ ਦਿੱਤਾ। ਜੈਸਮੀਨ ਇਹ ਫੋਨ ਨੂੰ ਛੱਡ ਦੇ ਤੇ ਘਰ ਦਾ ਧਿਆਨ ਰੱਖੀ ਜਰਾ, ਮੈਂ ਤੇਰੀ ਮਾਸੀ ਦੇ ਜਾ ਕੇ ਆਈ ਤੇ ਨਾਲੇ ਬੂਹਾ ਲਾ ਲੈ ਜਰਾ। ਦੱਸ ਕੀ ਹੋ ਗਿਆ? ਭਾਬੀ ਮੇਰਾ ਘਰ ਵਾਲਾ ਯਾਨੀ ਕਿ ਤੁਹਾਡਾ ਦਿਓਰ ਇਹ ਵਿਆਹ ਤੋਂ ਪਹਿਲਾਂ ਹੀ ਸ਼ਰਾਬ ਪੀਂਦੇ ਸੀ ਕਿ ਹੁਣ ਸ਼ੁਰੂ ਕੀਤੀ ਹੈ? ਰਾਧਿਕਾ ਮੈਨੂੰ ਇਸ ਬਾਰੇ ਨਾ ਪੁੱਛ, ਮੈਨੂੰ ਨਹੀਂ ਪਤਾ। ਕਿਸੇ ਦੀ ਜ਼ਿੰਦਗੀ ਸੁਧਾਰ ਨਹੀਂ ਸਕਦੇ ਤਾਂ ਖਰਾਬ ਵੀ ਨਾ ਕਰੋ ਭਾਬੀ। ਭਾਬੀ ਜਿੱਦਾਂ ਤੁਸੀਂ ਇੱਧਰੋਂ ਅੱਖ ਬਚਾ ਕੇ ਗਏ ਹੋ ਨਾ, ਪਤਾ ਤਾਂ ਮੈਨੂੰ ਲੱਗ ਗਿਆ ਸੀ, ਬਸ ਤੁਹਾਡੇ ਮੂੰਹ ਹੀ ਸੁਣਨਾ ਚਾਹੁੰਦੀ ਹਾਂ ਮੈਂ। ਰਾਧਿਕਾ ਹਾਂ ਤੇਰੇ ਵਾਲਾ ਵਿਆਹ ਤੋਂ ਪਹਿਲਾਂ ਹੀ ਪੀਂਦਾ ਸੀਗਾ। ਹਾਂ ਰਾਧਿਕਾ ਤਾਂ ਹੀ ਤੇ ਇਹਦਾ ਵਿਆਹ ਨਹੀਂ ਸੀ ਹੋ ਰਿਹਾ, ਸਾਰੇ ਮੁਹੱਲੇ ਵਾਲਿਆਂ ਨੂੰ ਪਤਾ ਇਹਨਾਂ ਦਾ ਮੁੰਡਾ ਕਿੰਨਾ ਸ਼ਰਾਬੀ ਹੈ, ਇਹਨੂੰ ਤਾਂ ਕੋਈ ਆਪਣੀ ਵਿਆਹ ਪਾਰਟੀ 'ਤੇ ਬੁਲਾ ਕੇ ਰਾਜੀ ਨਹੀਂ ਸੀ, ਇੰਨਾ ਖਲੇਰਾ ਪਾਉਂਦਾ ਸੀ ਉੱਥੇ ਜਾ ਕੇ। ਰਾਧਿਕਾ ਜਦੋਂ ਵੀ ਇਹਦੇ ਵਿਆਹ ਦੀ ਗੱਲ ਚੱਲਦੀ ਸੀ ਚੱਲਣ ਤੋਂ ਪਹਿਲਾਂ ਹੀ ਬੰਦ ਹੋ ਜਾਂਦੀ ਸੀ, ਕਿਉਂਕਿ ਕੋਈ ਵੀ ਮਾਂ ਪਿਓ ਆਪਣੀ ਧੀ ਸ਼ਰਾਬੀ ਦਾ ਲੜ ਨਹੀਂ ਲਾਉਣਾ ਚਾਹੁੰਦੇ। ਇਸੇ ਕਰਕੇ ਵਿਚੋਲੇ ਨੇ ਝੂਠ ਬੋਲ ਕੇ ਮੇਰਾ ਇੱਥੇ ਵਿਆਹ ਕਰਤਾ, ਪਰ ਤੁਹਾਨੂੰ ਤਾਂ ਸਾਰਾ ਕੁਛ ਪਤਾ ਸੀ ਨਾ, ਤੁਸੀਂ ਮੇਰੇ ਘਰਦਿਆਂ ਨੂੰ ਕਿਉਂ ਨਹੀਂ ਦੱਸਿਆ? ਤੁਸੀਂ ਵੀ ਤਾਂ ਇਸ ਘਰ ਦੇ ਵੱਡੇ ਨੂੰ ਹੋ ਨਾ, ਪਰ ਛੋਟੀ ਨੂੰ ਉਹਨੂੰ ਕਿੱਦਾਂ ਫਸਾ ਤਾ? ਰਾਧਿਕਾ
दसना तो मैं तेरे माँ बाप नूं बहुत कुछ चाहती सी पर मेरे भरा ने ना इन्हां कोलो 2 लाख रुपया कर्जा ते लिता होया सीगा ओही गल पिछे इन्हां ने मैनूं दबा लिया। भाभी तुहाडे भरा दा कर्जा अज नहीं तो कल उतर जूगा पर जिहड़ा तुसीं सारिआं ने रल के मेरी जिंदगी नूं रोग ला रखिआ ना मैनूं नहीं लगदा कदे भी उतरूगा। मैनू नहीं पता भाभी सही है या गलत है, बस मैनू इन्ना पता कि मेरे नाल तो नजायज ही हुई है। फिर एक दिन मेरी धी हुई तो सब ने बधाइयां दे नाल नाल दिलासा भी दिता कि हुण तेरा घर वाला सुधर जूगा तो दारू छड़ दूगा। पर कित्थे जिवें जिवें धी वधदी गई उवें उवें दारू वधदी गई। धी होण तो बाद मेरी जिंदगी दे विच हनेरा ही सी ते अगले 10 साल एवें एवें दे दुख देखे है जे मैं तुहानूं दसण ते आवां तो तुहाडे हंजू नहीं रुकणे। ते उहनां चों एक दुख आ भी है ਤੁਸੀਂ ਨਾ ਇੱਥੋਂ ਦੀ ਲਓ ਰਾਸ਼ਨ ਅਤੇ ਮੈਂ ਮਾੜਾ ਜਿਹਾ ਮੁੰਡੇ ਕੋਲ ਕੰਮ ਜਾ ਕੇ ਆਇਆ। ਤੁਸੀਂ ਚੱਲੇ ਕਿੱਥੇ ਹੋ ਜੀ? ਯਾਰ ਮੁੰਡੇ ਕੋਲ ਪੈਸੇ ਲੈਣੇ ਆ ਫਿਰ ਉਹਨੇ ਨਿਕਲ ਜਾਣਾ, ਤੁਸੀਂ ਰਾਸ਼ਨ ਲਓ ਬਸ ਮੈਂ ਆ ਗਿਆ। ਡੈਡੀ ਜਲਦੀ ਆ ਜਿਓ, ਠੰਡ ਬਹੁਤ ਹੈ। ਉਹ ਹਾਂ ਪੋਤਾ 5 ਮਿੰਟਾਂ 'ਚ ਮੁੜ ਜਾਣਾ, ਤੁਸੀਂ ਰਾਸ਼ਨ ਲਓ ਬਸ ਆ ਗਿਆ ਮੈਂ। ਹਾਂ ਜਾਓ। ਕੋਈ ਕੰਮ ਪੈ ਗਿਆ ਹੋਣਾ ਵਾ, ਆ ਜੂਗੇ। ਕੋਈ ਨਾ, ਆਪਾਂ ਨਾ ਇੱਥੇ ਬਹਿ ਕੇ ਵੇਟ ਕਰ ਲੈਂਦੇ ਡੈਡੀ ਦੀ। ਮੰਮੀ ਹੁਣ ਤਾਂ ਸਾਨੂੰ ਖੜੇ ਨੂੰ 1 ਘੰਟਾ ਵੀ ਹੋ ਗਿਆ, ਹਲੇ ਤੱਕ ਡੈਡੀ ਆਏ ਨੀ। ਕਿੱਦਾਂ ਕਰੀਏ ਪੁੱਤ? ਪਰ ਗੱਲ ਇਹ ਵੀ ਹੈ ਨਾ, ਜੇ ਤੇਰੇ ਡੈਡੀ ਆ ਗਏ ਤੇ ਅਸੀਂ ਨਾ ਦੇਖੇ ਫਿਰ ਸਾਨੂੰ ਬੋਲਣ ਨਾ ਘਰੇ ਜਾ ਕੇ। ਮੰਮੀ ਅਸੀਂ ਥੋੜਾ ਥੋੜਾ ਤੁਰਦੇ ਹਾਂ, ਜਦ ਨੂੰ ਡੈਡੀ ਆ ਹੀ ਜਾਣ। ਚੱਲ ਮੇਰਾ ਪੁੱਤ। राधिका ते तमन्ना जा रहे है। राधिका ते तमन्ना इधर आओ। तुसी दोनों ठंड च पैदल किधर तुरियां जांदियां? दीदी राशन लैन आई सी इन्हां दे नाल, पर ये सानू दुकान दे खड़ा के चल गए। 1/2 घंटा हो गया हले तक नहीं आए, सी ते राशन भी ले लिया। चलो बैठो दोनों जने, मैं तुहानू घरे छड़ देनी आ। नहीं नहीं दीदी, ਅੱਬਾ ਹੌਲੀ ਹੌਲੀ ਤਾਂ ਹੀ ਤੁਰਦੇ ਪਏ ਸੀ ਵੀ ਪਿੱਛੋਂ ਆ ਜਾਣਗੇ ਸਾਨੂੰ ਦੇਖ ਲੈਣਗੇ, ਜੇ ਆਪਾਂ ਤੁਹਾਡੇ ਨਾਲ ਚੱਲ ਗਏ ਤੇ ਐਵੇਂ ਘਰੇ ਜਾ ਕੇ ਬੋਲਣਗੇ ਵੀ ਪਤਾ ਨਹੀਂ ਕਿੱਥੇ ਚੱਲ ਗਈਆਂ ਸੀ। ਤੂੰ ਬਹਿ ਜਾ, ਉਹਨੇ ਹੁਣ ਰਾਤੀ 11-12 ਵਜੇ ਤੋਂ ਪਹਿਲੇ ਨਹੀਂ ਆਉਣਾ। ਤੂੰ ਬੈਠ, ਮੈਂ ਤੁਹਾਨੂੰ ਛੱਡਦੀ ਹਾਂ। ਦੀਦੀ 11-12 ਵਜੇ? ਮੈਂ ਸਮਝੀ ਨਹੀਂ, ਹੁਣ ਮੈਂ ਕੁੜੀ ਅੱਗੇ ਕੀ ਲੁਕੋਵਾਂ? ਉਹਨੂੰ ਮੈਂ ਦੇਖਿਆ ਠੇਕੇ ਤੇ ਦਾਰੂ ਲੈਂਦੇ ਹੋਏ, 11 ਦੋਸਤਾਂ ਨਾਲ ਬੈਠ ਕੇ 11-12 ਵਜੇ ਹੀ ਆਊਗਾ। ਉਹਦਾ ਅੱਜ ਦਾ ਕੰਮ ਥੋੜੀ ਹੈ, ਉਹਦਾ ਨਿੱਤ ਦਾ ਕੰਮ ਹੈਗਾ। ਕਰਕੇ ਕਹਿੰਦੀ ਆ ਚਲੋ ਬੈਠੋ, ਤੁਹਾਨੂੰ ਘਰੇ ਛੱਡਾਂ ਮੈਂ। ਇੰਜੈਕਸ਼ਨ ਲੈ ਕੇ ਆਉਂਦੀ ਹਾਂ।
ਇਹ ਵਿਚਾਰੀ ਦੀ ਤਾਂ ਜ਼ਿੰਦਗੀ 'ਚ ਪਹਿਲਾਂ ਹੀ ਬਥੇਰੇ ਦੁੱਖ ਨੇ, ਜੇ ਇਹਨੂੰ ਇਹਦੀ ਲੱਤਾਂ ਬਾਰੇ ਦੱਸਿਆ ਤਾਂ ਅੰਦਰੋਂ ਹੀ ਟੁੱਟ ਜਾਏਗੀ।